अज डॉक्टर साहब अज की स्थिति देखिए तो अज की अपनी स्थिति है किन्ने केस आए है प्लीज थोड़ा चलना पाओगे अज 22 केस पॉजिटिव आए हैं जी जिन्हों 9 बोर्ड सब डिवीजन के 7 फाजिलका 5 जलालाबाद तो एक केस कपूरथला बिलोंग करता है सैंपलिंग इतने हुई सी और असं उधर ट्रांसफर कर देंगे जेडे 9 बोर्ड ने उन्होंने 6 BSF के एक धर्मनगरी एक हरिपुरा एक चुंगी के नेड़े फाजिलका 7 फाजिलका 3 BSF के एक MC कलोनी एक कनाल कलोनी एक विजय कलोनी तो एक चूड़ी वाला तो जलालाबाद के 5 केस हैं अग्रवाल कलोनी हलीम वाला मोहकमराइया के 2 केस डॉक्टर साहब जिस तरह केस देख रहे हैं अजक जिम्मे ट्रैवलिंग हिस्टरी नहीं होंगी कॉन्टैक्ट होंगे या OPD आ रहा है की लगता तुम्हें कि ये अपने कम्यूनिटी स्प्रैड हो रहा हाँ हम तो लग रहा है कम्यूनिटी स्प्रैड हो गया जिस तरह पिछले जी अपने एक विजय कलोनी जी एक केस तो 7 केस और हाँ जी हाँ जी जी सिमिलरली ਜਿਹੜੇ BSF ਵਾਲੇ ਉਹਨਾਂ ਤੋਂ ਕੰਟੈਕਟ ਹਿਸਟਰੀ ਹੈਗੀ ਹੈ ਕੋਈ ਵੈਸਟ ਬੰਗਾਲ ਗਿਆ ਕੋਈ ਹਿਮਾਚਲ ਗਿਆ ਕੋਈ ਕਿਤੇ ਗਿਆ ਨੈਚੁਰਲੀ ਉਹ ਬਾਹਰੋਂ ਆਉਂਦੇ ਆ ਲੇਕਿਨ ਜਿਹੜੇ ਲੋਕਲ ਆ ਇਹਨਾਂ ਤੋਂ ਜ਼ਿਆਦਾਤਰ ਹੁਣ ਟਰੈਵਲ ਹਿਸਟਰੀ ਵਾਲੇ ਨਹੀਂ ਹਨ ਲੋਕਲ ਕੇਸ ਆ ਮਤਲਬ ਇਹ ਹੁਣ ਤੱਕ ਜੇ ਆਪਾਂ ਗੱਲ ਕਰੀਏ ਤਾਂ 13,687 ਸੈਂਪਲ ਲਏ ਸੀਗੇ 210 ਪੋਜ਼ਿਟਿਵ ਆਏ ਨੇ ਜਿਨ੍ਹਾਂ ਚੋਂ 84 ਐਕਟਿਵ ਕੇਸ ਨੇ ਇੱਕ ਡੈਥ ਹੋ ਚੁੱਕੀ ਹੈ ਤੇ 125 ਕੇਸ ਠੀਕ ਹੋ ਕੇ ਜਾ ਚੁੱਕੇ ਹਨ ਨਹੀਂ ਦੱਸੋ ਜਿਹੜੀ ਕਮਿਊਨਿਟੀ ਸਪਰੈਡਿੰਗ ਹੈ ਇਸ ਨੂੰ ਰੋਕਣ ਵਾਸਤੇ ਕੀ ਲੋਕਾਂ ਨੂੰ ਤੁਸੀਂ ਕਹਿਣਾ ਚਾਹੋਗੇ ਕਿ ਉਹ ਲੋਕ ਜਿਹੜੇ ਆਪਣੇ ਸਾਵਧਾਨੀਆਂ ਵਰਤਣ ਤਾਂ ਕਿ ਇਸ ਚੀਜ਼ ਤੋਂ ਬਚਿਆ ਜਾ ਸਕੇ ਮੇਨਲੀ ਤਾਂ ਇਹ ਆ ਵੀ ਮਾਸਕ ਜ਼ਰੂਰ ਪਾ ਕੇ ਰੱਖੋ ਜੀ ਤੇ ਸੋਸ਼ਲ ਡਿਸਟੈਂਸਿੰਗ ਥੋੜ੍ਹਾ ਦੂਰ ਦੂਰ ਹੋ ਕੇ ਬੈਠੋ ਜੀ ਸੈਨੀਟਾਈਜ਼ਰ ਦਾ ਪ੍ਰਯੋਗ ਕਰੋ ਤੇ ਜੇ ਨੂੰ ਕਿਸੇ ਨੂੰ ਕੋਈ ਖਾਂਸੀ ਜ਼ੁਕਾਮ ਬੁਖਾਰ ਹੈ ਜਾਂ ਜਿਹੜਾ ਸੰਪਰਕ ਵਿੱਚ ਆ ਗਿਆ ਉਹ ਆਪਣੇ ਸੈਂਪਲ ਜ਼ਰੂਰ ਕਰਾ ਦੇ ਜੀ ਤੇ ਦੂਸਰੀ ਗੱਲ ਜਿਹੜਾ ਕੋਈ ਬਾਹਰੋਂ ਦਿੱਲੀ ਤੋਂ ਆਇਆ ਜਾਂ ਗਾਜ਼ੀਆਬਾਦ ਤੋਂ ਕਿਤੋਂ ਵੀ ਆਉਂਦਾ ਉਹ ਘਰ 'ਚ ਲੁੱਕ ਕੇ ਨਾ ਬੈਠੇ ਸਾਨੂੰ ਦੱਸੇ ਜ਼ਰੂਰ ਉਹਦੀ ਪਹਿਲੇ ਕੁਆਰੰਟਾਈਨ ਕਰਾਂਗੇ ਫਿਰ ਸੈਂਪਲ ਲਾਂਗੇ ਅਗਰ ਪੋਜ਼ਿਟਿਵ ਆ ਜਾਂਦਾ ਹੈ ਤਾਂ ਅਸੀਂ ਆਈਸੋਲੇਸ਼ਨ ਕਰਦੇ ਹਾਂ ਹੁਣ ਸਾਡੇ ਅਸਿਮਟੋਮੈਟਿਕ ਕੇਸਿਸ ਮਾਸਰਸਤੀ ਕਾਲਜ ਜਿਹੜਾ ਹੈਗਾ ਫਾਰਮੇਸੀ ਦਾ ਸਿੱਧਾ ਰੋਡ ਤੇ ਉੱਥੇ ਸ਼ਿਫਟ ਹੋ ਰਹੇ ਹਨ ਤੇ ਜਿਹੜੇ ਸਿਮਟੋਮੈਟਿਕ ਨੇ ਉਹ ਜਲਾਲਾਬਾਦ ਅਸ਼ਰੇ ਸੈਂਟਰ ਜਾ ਰਹੇ ਹਨ ਇੱਕ ਡਾਕਟਰ ਸਾਹਿਬ ਜਿਹੜੇ ਸੈਂਪਲ ਵਾਸਤੇ ਲੋਕਾਂ 'ਚ ਥੋੜੀ ਜਿਹੀ ਰਿਜ਼ੈਂਟਮੈਂਟ ਹੈਗੀ ਹੈ ਲੋਕ ਘਬਰਾਉਂਦੇ ਆ ਡਰਦੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਸਿੰਪਲ ਟੈਸਟ ਹੈ ਕਿਸ ਤਰ੍ਹਾਂ ਦਾ ਟੈਸਟ ਹੈ ਕੀ ਆਪਾਂ ਕਰਦੇ ਆ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਵੀ ਬਹੁਤ ਆਸਾਨ ਹੈ ਔਰ ਉਹਨਾਂ ਨੂੰ ਇਸ ਵਾਸਤੇ ਅੱਗੇ ਆਉਣਾ ਚਾਹੀਦਾ ਜਿਹੜਾ ਵੀ ਕਿਸੇ ਦੇ ਕੰਟੈਕਟ ਵਿੱਚ ਆਇਆ ਪੋਜ਼ਿਟਿਵ ਕੇਸ ਤੇ ਉਹਨੂੰ ਸੈਂਪਲਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ ਲੇਕਿਨ ਇੱਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਪਹਿਲੇ ਦਿਨ ਹੀ ਕੇਸ ਪੋਜ਼ਿਟਿਵ ਨਹੀਂ ਆ ਜਾਂਦਾ ਜੇ ਕੋਈ ਕਿਸੇ ਸੰਪਰਕ ਵਿੱਚ ਆਇਆ ਤਾਂ 5ਵੇਂ ਦਿਨ ਤੋਂ ਲੈ ਕੇ 14 ਦਿਨ ਤੱਕ ਉਹਦੀ ਸੈਂਪਲਿੰਗ ਕਰਾਉਣੀ ਚਾਹੀਦੀ ਹੈ ਜੀ ਅਤੇ ਉਸ ਦੇ ਵਿੱਚ ਜ਼ਿਆਦਾ ਚਾਂਸਿਸ ਹਨ ਪੋਜ਼ਿਟਿਵ ਆਉਣ ਦੇ ਤੇ ਨੇਜ਼ੋਫਰੇਂਜੀਅਲ ਸਵੈਬ ਲਿਆ ਜਾਂਦਾ ਹੈ ਜਿਸ ਵਿੱਚ ਕਿ ਪੋਜ਼ਿਟਿਵ ਆ ਜਾਂਦਾ ਹੈ ਤੇ ਇਸ ਘਬਰਾਉਣ ਦੀ ਕੋਈ ਲੋੜ ਨਹੀਂ ਸੈਂਪਲਿੰਗ ਵੱਧ ਤੋਂ ਵੱਧ ਕਰਾਉਣੀ ਚਾਹੀਦੀ ਸਿੰਪਲ ਤਰੀਕਾ ਫ੍ਰੀ ਆਫ ਕਾਸਟ ਹੈ ਜੀ ਟੋਟਲੀ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਹੈ ਪ੍ਰਾਈਵੇਟ 'ਚ ਕਾਫੀ ਪੈਸੇ ਲੱਗਦੇ ਹੋਣੇ ਦੱਸੋ ਇਹਦੇ ਪ੍ਰਾਈਵੇਟ ਆਈ ਥਿੰਕ 4-5 ਹਜ਼ਾਰ ਦਾ ਟੈਸਟ ਹੋਏਗਾ ਘੱਟੋ ਘੱਟ ਜੀ ਸਰਕਾਰ ਵੱਲੋਂ ਬਿਲਕੁਲ ਫ੍ਰੀ ਹੈ ਸਰਕਾਰ ਵੱਲੋਂ ਬਿਲਕੁਲ ਤੇ ਆਪਣੇ ਇੱਥੇ ਦੱਸ ਐਤਵਾਰ ਜਾਂ ਸ਼ਨੀਵਾਰ ਵੀ ਟੈਸਟ ਇਹਦੇ ਸੈਂਪਲ ਲਏ ਜਾਂਦੇ ਆ ਹਾਂਜੀ ਇੱਥੇ ਰੋਜ਼ ਸੈਂਪਲਿੰਗ ਹੁੰਦੀ ਰੋਜ਼ ਸੈਂਪਲਿੰਗ ਹੁੰਦੀ ਹੈ ਹਾਂਜੀ ਤੋਂ ਇਹ ਸੀ ਡਾਕਟਰ ਚੰਦਨ ਮੋਹਨ ਕਟਾਰੀਆ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਤੁਹਾਡੇ ਸਾਰਿਆਂ ਦਾ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ